ਅਸਲਾਮ ਵਾਲੇਕਮ ਜੀ ਸਾਰਿਆਂ ਭਰਾਵਾਂ ਨੂੰ, ਸਾਰਿਆਂ ਵੀਰਾਂ ਨੂੰ, ਕੀ ਹਾਲ ਹੈ ਵੀਰ ਜੀ? ਠੀਕ ਠਾਕ ਹੋ? ਉਮੀਦ ਕਰਨਾ ਮੇਰੇ ਭਰਾ ਸਾਰੇ ਠੀਕ ਠਾਕ ਹੋਣਗੇ। ਚੜ੍ਹਦੇ ਪੰਜਾਬ ਵਾਲੇ ਵੀ ਤਾਂ ਲਹਿੰਦੇ ਪੰਜਾਬ ਵਾਲੇ। ਵੀਰ ਜੀ, ਅਸੀਂ ਮੈਂ ਤੁਹਾਨੂੰ ਮੱਝਾਂ ਦਾ ਸ਼ੌਂਕ ਲਾਉਣ ਲੱਗਾ ਵਾਂ। ਆਓ ਵੇਖੋ ਅਸੀਂ ਕੀ ਮੱਝਾਂ ਨੂੰ ਖੁਰਾਕ ਪਾ ਰਹੇ ਹਾਂ ਅਤੇ ਕੀ ਅੱਜ ਕੱਲ੍ਹ ਇਹਨਾਂ ਨੂੰ ਪਾਇਆ ਜਾ ਰਿਹਾ ਅਤੇ ਮਾਲ ਡੰਗਰ ਦਾ ਹਾਲ ਤੁਹਾਨੂੰ ਵਿਖਾਉਂਦੇ ਹਾਂ। ਗਰਮੀ ਸ਼ਰਮੀ ਬੜੀ ਹੈ, ਮੱਝਾਂ ਕਈ ਗਰਮੀ ਨਾਲ ਦੁੱਧ ਘੱਟ ਗਿਆ, ਉਹਦੀ ਵਜ੍ਹਾ ਤੋਂ ਡੰਗਰ ਹੀ ਪਰੇਸ਼ਾਨ ਹੈ। ਅਤੇ ਬਾਕੀ ਆ ਤੁਹਾਨੂੰ ਮੁੰਡਾ ਵਿਖਾਉਂਦਾ ਸਾਡਾ ਕੈਮਰਾਮੈਨ, ਉਹ ਮੱਝਾਂ ਵਿਖਾਓ ਜੀ, ਉਹ ਪਰਲੀਆਂ ਮਈ ਵਿਖਾਓ ਜਾ, ਬੁੱਚ ਪਹਿਲਾ ਨੇ ਮੱਝ ਦੇ ਕੰਨਾਂ ਨੂੰ ਚੈੱਕ ਕਰੋ। ਪਹਿਲਨ ਝੋਟੀ ਹੈ, ਪਹਿਲਨ ਝੋਟੀ ਸੀ ਨਾ ਮਾਣੇ, ਪਹਿਲਨ ਝੋਟੀ ਵੇਖੋ ਤੜਫਦੀ ਕਿੰਨੀ ਹੈ। ਐਵੇਂ ਲੱਗਦਾ ਇਹਨੂੰ ਡਾਕਟਰ ਆ ਗਏ ਨੇ। ਬਸ ਬਸ ਬਸ, ਵੀਡੀਓ ਤਾਂ ਡਰਦੀ ਹੈ, ਵੀਡੀਓ ਬਣ ਗਈ। ਉਹ ਜਿਹੜੀ ਮੈਂ ਜਾਣਦੀ ਹੈ ਬੂਰੀ, ਉਹ ਵਿਖਾਓ ਜੀ, ਉਹ ਦੂਜਣ ਮੈਂ ਉਹਦਾ ਲਿਬਾਸ ਹੈ ਜਿਹੜਾ ਉਹ ਦੂਸਰਾ ਸੂਆ ਪੀ। ਇਹ ਵੀ ਦਰਿਆ ਦੇ ਕੰਢੇ ਤੋਂ ਮੱਝਾਂ ਲਈਆਂ ਨੇ ਜੀ, ਇਹ ਜਿਹੜੀਆਂ ਨੇ ਇਹ ਦਾਗ ਲੱਗੇ ਨੇ ਮੱਝਾਂ ਨੂੰ, ਇਹ ਗੌਰ ਕਰੋ, ਇਹ ਦਾਗ ਜਿਹੜੇ ਨੇ ਨਾ ਇਹ ਉੱਧਰ ਦਰਿਆ ਦੀਆਂ ਮੱਝਾਂ ਨੇ, ਮੂੰਹ 'ਤੇ ਬੁੱਚ ਦਾਗ ਬਣੇ ਨੇ, ਆਹ ਵੇਖੋ ਮੂੰਹ 'ਤੇ ਵੀ ਦਾਗ ਪਏ ਨੇ, ਦਾਗਾਂ ਵਾਲੀਆਂ ਮਹੀਂ ਰੱਖ। ਇੱਧਰ ਆਓ, ਇਹ ਤਾਂ ਦੁਹਾਨੇ ਆ, ਇਹ ਪਹਿਲਨ ਝੋਟੀ ਆ ਜਿਹੜੀ, ਇਹ ਵੀ ਨੀਲੀ ਦਰਿਆ ਦੇ ਕੰਢੇ ਦੇ ਉੱਤੋਂ ਲਈ ਸੀ। ਵੇਖੋ ਮੈਂ ਤਰੀਕੀਆਂ ਚੈੱਕ ਕਰ ਲਓ, ਮੈਂ ਉਹਦੀ ਬਰੀਕ ਮੈਂ ਆ ਵੀ ਪਹਿਲਨ ਝੋਟੀ ਆ ਜੀ, ਇੱਧਰ ਵਹਾਓ, ਇਹ ਮਹੀਂ ਪੱਠੇ ਪਾਏ ਨੇ, ਵਹਾਓ ਕੱਟਾ ਵਹਾਓ ਮੀਡੀ ਆ। ਵੀਰ ਜਿਹੜੇ ਭਰਾ ਨੇ ਸ਼ੌਂਕ ਕਰਦੇ ਉਹਨਾਂ ਨੂੰ ਸਾਰੀਆਂ ਮਹੀਂ ਵਹਾਓ। ਅੱਜ ਕੱਲ੍ਹ ਅਸੀਂ ਮਕਈ ਪਾ ਰਹੇ ਜੀ, ਅੱਜ ਕੱਲ੍ਹ ਮਕਈ ਪਾਈ ਜਾ ਰਹੀ ਹੈ, ਪੱਠੇ ਕੁੱਤਰ ਕੇ ਪਾਈ ਦੇ ਨੇ ਮਕਈ ਪਾਈ ਦੀ। ਵੇਖੋ ਡੰਗਰ ਜਿਹੜੇ ਨੇ ਮਕਈ ਖਾ ਰਹੇ ਨੇ ਸਕੂਨ ਨਾਲ। ਗਰਮੀ ਬੜੀ ਜ਼ਿਆਦਾ ਪੈਣ ਡਈ ਹੈ, ਜਾਨਵਰ ਦੁੱਧੋਂ ਘੱਟ ਗਏ ਨੇ, ਅਤੇ ਚਲੋ ਅੱਲਾ ਖੈਰ ਕਰੇਗਾ, ਫਿਰ ਵੀ ਮਿਹਨਤ ਕਰਨੇ ਪਏ ਆ। ਗੁਜ਼ਾਰਾ ਸ਼ੁਜ਼ਾਰਾ ਹੋਣ ਡਿਆ, ਉਹ ਤੁਹਾਨੂੰ ਬੱਚੇ ਵਿਖਾਉਣਾ ਜੀ। ਇਸ ਗਾਂ ਦਾ ਬੱਚਾ, ਉਹ ਚਿੱਠੀ ਗਾਂ ਦਾ, ਉਹ ਭੱਲੀ ਆ, ਉਹ ਚਿੱਠੀ ਗਾਂ ਦੀ ਵੱਛੀ ਹੈ, ਆਹ ਜਿਹੜਾ ਆਹ ਬੱਚਾ ਇੱਕ, ਆਹ ਲਾਲ ਗਾਂ ਦਾ ਉਸਦਾ। ਇੱਧਰ ਵਹਾਓ ਜਰਾ ਬੱਚੇ, ਇਹ ਕੁਰਬਾਨੀ ਦਾ ਛਪਰਾ ਹੈ। ਬੱਕਰਾ ਵੀ ਜਿਹੜਾ ਨਾ ਕੁਰਬਾਨੀ ਵਾਸਤੇ, ਕੋਲ ਉਹ ਛਤਰਾ ਵੀ ਕੁਰਬਾਨੀ ਵਾਸਤੇ, ਬੱਕਰਾ ਇਹ ਦੋਂਦਾ ਹੋ ਗਿਆ, ਮੱਛਰਾ ਦੋਂਦਾ ਹੀ ਹੈ, ਉਹ ਛਤਰਾ ਹੈ। Thank you.
ਭਾਈ ਇਹ ਮੱਝਾਂ ਮੱਝਾਂ ਥੱਲੇ ਸਫਾਈ ਕਰਦਾ ਸਾਡਾ ਭਾਈ ਇਹ ਜੀ ਮੱਝਾਂ ਥੱਲੇ ਸਫਾਈ ਇਹ ਬੰਦਾ ਕਰਦਾ ਦੇਖੋ ਕਿੱਡੇ ਪਿਆਰ ਨਾਲ ਮੁਹੱਬਤ ਨਾਲ ਘੋੜਾ ਮਾਰਨ ਡਿਆ ਇਹਨਾਂ ਥੱਲੇ ਸਫਾਈ ਕਰਦਾ ਪਿਆ ਉਸ ਤੋਂ ਬਾਅਦ ਇਹਨੇ ਹੁਣੇ ਮੱਝਾਂ ਪਿਛਾਂ ਬੰਨਣੀਆਂ ਪਾਣੀ ਪੂਣੀ ਡਾਹ ਡੂਹ ਕੇ ਛੱਪੜੇ ਛੱਪੜੇ ਨਾ ਲੈ ਕੇ ਜਾਈ ਉੱਥੇ ਯਾਰ ਕੋਈ ਹਾਲ ਨਹੀਂ ਹੈਗਾ ਇੱਥੇ ਪਾਣੀ ਪੂਣੀ ਮਾਰ ਲਈ ਛੱਪੜੇ ਲੈ ਕੇ ਜਾਣੀ ਅੱਜ ਸਾਰਾ ਗੋਹਾ ਇਕੱਠਾ ਚੜੇਗਾ ਫਿਰ ਬਾਹਰ ਸੁੱਟੇਗਾ ਰੇੜੀ ਚ ਪਾ ਗਿਆ ਹੈ ਜੀ ਘੋੜਾ ਕਿੱਡਾ ਵਧੀਆ ਆ ਗਿਆ ਦੋ ਅੱਛਾ ਜੀ ਜੀ ਬਾਂਦਰ ਬੈਠੇ ਨੇ ਕੰਨਾਂ ਦੇ ਉੱਤੇ ਵੇਖੋ ਜਰਾ ਖੁੱਲੇ ਛੱਡੇ ਨੇ ਅਤੇ ਇਹਨਾਂ ਨੇ ਸਾਨੂੰ ਬੜਾ ਪਰੇਸ਼ਾਨ ਕੀਤਾ ਹੈ ਬੱਕਰਿਆਂ ਨੂੰ ਵੀ ਖਾਣ ਬੱਕਰਿਆਂ ਨੂੰ ਵੀ ਦੰਦੀਆਂ ਵੱਢਦੇ ਨੇ ਮੱਝਾਂ ਨੂੰ ਵੀ ਵੱਢਦੇ ਨੇ ਖਾਣਾ ਨੂੰ ਵੀ ਵੱਢਦੇ ਨੇ ਬੱਚਿਆਂ ਨੂੰ ਵੀ ਤੰਗ ਕਰਦੇ ਨੇ ਆ ਦੇਖੋ ਹੁਣ ਚੜ੍ਹ ਕੇ ਉੱਥੇ ਕੀ ਖਾਣ ਡੈ ਨੇ ਬੋਲਾਂ ਖਾਣ ਡੈ ਨੇ ਲਾ ਲਾ ਸੁਣਾਓ ਇਹਨਾਂ ਦੇ ਕੰਮ ਦੇਖੋ ਇਹਨਾਂ ਦੀ ਵੱਖਰੀ ਵੀਡੀਓ ਬਣਨ ਦੇ ਜਰਾ ਅੱਛਾ ਦੇਖੋ ਅੱਜ ਹੁਣ ਇਹਨਾਂ ਦੇ ਛਾਲਾਂ ਮਾਰਨੀਆਂ ਦੇਖੋ ਆਜ਼ਾਦ ਹੋਏ ਨੇ ਕਾਬੂ ਕਿਉਂ ਨੀ ਆਉਂਦੇ ਤੁਹਾਡੇ ਕੋਲ ਅੱਗੇ ਜਾ ਓਏ ਲੱਛੋ ਬਾਂਦਰੀਏ ਲੱਛੋ ਬਾਂਦਰੀ ਨੇ ਬੜਾ ਪਰੇਸ਼ਾਨ ਕੀਤਾ ਜੀ ਆਵਾਮ ਨੂੰ ਅੱਛਾ ਇਹ ਤੁਹਾਡੇ ਬਾਂਦਰਾਂ ਨੇ ਪਾੜੀਆਂ ਤਰਪਾਲਾਂ ਹਾਂਜੀ ਇਹ ਬਾਂਦਰਾਂ ਉਹ ਬੰਦੇ ਬੜੇ ਪਰੇਸ਼ਾਨ ਹੋ ਗਏ ਨੇ ਵੇਖਿਆ ਨੇ ਤੁਹਾਨੂੰ ਜੇ ਬਾਂਦਰ ਵੀਡੀਓ 'ਚ ਆਏ ਨੇ ਉਹਨਾਂ ਤੋਂ ਬੰਦੇ ਆ ਸਾਡਾ ਭਰਾ ਹੈ ਕਾਲਾ ਅਤੇ ਬੜਾ ਪਰੇਸ਼ਾਨ ਹੈ ਇਹ ਤਰਪਾਲਾਂ ਵੀ ਬਾਂਦਰਾਂ ਨੇ ਪਾੜ ਦਿੱਤੀ ਸਾਡਾ 3000 ਦਾ ਰਾਤ ਦਾ ਨੁਕਸਾਨ ਹੋਇਆ ਸਾਡਾ 12 ਗੜੀਆਂ ਗਾਈ ਦੁੱਧ ਵੀ ਚੋਂਗੀ ਹੈ ਉਹ ਜਾ ਖੁੱਲੇ 12 ਗੜੀਆਂ ਦੁੱਧ ਵੀ ਜਿਹੜਾ ਜਾ ਚੋਂਗਿਆ ਨਾ ਜਾ ਜਾਵਾਂ ਨੂੰ ਜਾ ਕੇ ਦੰਦੀਆਂ ਵੱਢਦੇ ਨੇ ਨਾ ਮੁਰਗੀਆਂ ਦੇ ਬੱਚੇ ਆਹੋ ਬਿੱਲਿਆਂ ਦੇ ਘੋੜੇ ਮਾਰਨ ਡੇ ਵਾਲਾ ਵੇਖੋ ਫਲ ਵੇਖੋ ਕਿੰਨਾ ਲੱਗਾ ਵੇਖੋ ਜੀ ਬਾਂਦਰ ਨੇ ਸੁੱਟਿਆ
ਹੈ।